ਤਾਰੇ ਵਾਲੀ ਜ਼ਿੰਦਗੀ ਜਿਹੜਾ ਕੰਟੈਂਟ ਵਾਲਾ ਦੌਰ ਰਿਹਾ ਕੰਟੈਂਟ ਬਣਾਉਣਾ ਵਾਇਰਲ ਹੋਣਾ ਇਹ ਤਾਰੇ ਦਾ ਕਿੰਨਾ ਕੁ ਜ਼ੋਰ ਲੱਗਿਆ ਜਿਵੇਂ ਅਸੀਂ ਯੂਨੀਵਰਸਿਟੀ ਹੁੰਦੇ ਸੀਗੇ ਮੈਂ ਫੇਸਬੁੱਕ ਬਹੁਤ ਚੱਲਦੀ ਸੀ ਅਸੀਂ ਲਾਈਵ ਹੋ ਗਏ ਉਦਾਂ ਹੀ ਲਾਈਵ ਹੋ ਗਏ ਉਹੀ ਬਸ ਉੱਥੇ ਸਾਡੇ ਨਾਲ ਬੰਦੇ ਜੁੜ ਗਏ 35 ਅਸੀਂ ਹੋਸ਼ ਭੁੱਲ ਗਏ ਵੀ ਅਸੀਂ ਬੋਲ ਕੀ ਰਹੇ ਹਾਂ ਅਸੀਂ ਕਾਲ ਮਾਰ ਕੇ ਛਾਲ ਉਠਕੜਾ ਤਾਰਾ ਪਾਲ ਕਿਆ ਬਾਤ ਹੈ ਕਿਆ ਬਾਤ ਬੇਬੇ ਬਾਪੂ ਨੂੰ ਕਿਵੇਂ ਸਮਝਾਇਆ ਕਿ ਬੇਬੇ ਮੈਂ ਕੰਟੈਂਟ ਬਣਾਉਣਾ ਲੋਕਾਂ ਨੂੰ ਹਸਾਉਣਾ ਮੇਰਾ ਕੰਟੈਂਟ ਪਿਓਰ ਦੇਸੀ ਹੁੰਦਾ ਹਨਾ ਮੱਝਾਂ ਜੀ ਚ ਖੇਤ ਫਿਰਦਾ ਝੋਨਾ ਲਾ ਰਹੇ ਆਗੇ ਸਾਰਾ ਕੁਛ ਏ ਟੂ ਜੈਡ ਜਿਹੜਾ ਹੁਣ ਮੇਰੀ ਮਾਤਾ ਕਹਿ ਦਿੰਦੇ ਹੁੰਦੇ ਸੀ ਕਿ ਤੂੰ ਸਟੋਰੀਆਂ ਕੋਈ ਘੱਟ ਪਾਉਣ ਲੱਗ ਗਿਆ ਉਹਨਾਂ ਨੂੰ ਦੇਖ ਅਨਪੜ੍ਹ ਬੰਦੇ ਨੇ ਉਹ ਸਟੋਰੀਆਂ ਪਤਾ ਨਹੀਂ ਕਿਹਦੇ ਨੂੰ ਸਿੱਖ ਗਏ ਹਨਾ ਸਿਸਟਮ ਇਹੋ ਜਿਹਾ ਮੈਨੂੰ ਇੱਕ ਗੱਲ ਇਹ ਦੱਸੋ ਕਿ ਜ਼ਿੰਦਗੀ 'ਚ ਇਨਸਾਨ 'ਤੇ ਤਵਾ ਲਾਉਣਾ ਕਿੰਨਾ ਕੁ ਔਖਾ ਹੈ ਕੁੱਤੇ ਸੁੱਤੇ ਪਏ ਘੱਟੋ ਘੱਟ 4 ਉੱਠਿਆ ਜਦੋਂ ਮੈਂ ਉਹ ਸਨੈਪਚੈਟ ਹੁੰਦੀ ਸੀ ਪਤਾ ਨਹੀਂ ਵੀਡੀਓ ਬਣਾ ਲਈ ਕੁੱਲ ਮਿਲਾ ਕੇ ਮੈਂ ਕਿਹਾ ਯਾਰ ਇੰਨੀ ਬੇਫਿਕਰੀ ਹੋਣੀ ਚਾਹੀਦੀ ਜ਼ਿੰਦਗੀ 'ਚ ਉਹ ਸਾਡੇ ਕੋਲ 4-5 ਪਏ ਉਹ ਬਸ ਮੈਨੂੰ ਸ਼ੌਂਕ ਸੀਗਾ ਮੈਨੂੰ ਐਕਟ ਕਰਨ ਦਾ ਸ਼ੌਂਕ ਸੀਗਾ ਵੀ ਮੈਂ ਐਕਟ ਕਰ ਲੈਂਦਾ ਹੁੰਦਾ ਸੀਗਾ ਜੇ ਹੁਣ ਮੇਰਾ ਪਰਿਵਾਰ ਵੀ ਦੱਸ ਸਕਦਾ ਹੈਗਾ ਮੇਰੀਆਂ ਹਰਕਤਾਂ ਹਨਾ ਮੈਂ ਗਾਉਣ ਤੋਂ ਸ਼ੁਰੂਆਤ ਕਰਨ ਲੱਗਿਆ ਐਕਟ ਉੱਤੇ ਭਾਰੀ ਪੈ ਗਿਆ ਮੈਂ ਭੁੱਲ ਹੀ ਗਿਆ ਗਾਉਣਾ ਫਿਰ ਮੇਰੇ ਮਗਰੋਂ ਜਾ ਕੇ ਚੇਤੇ ਆਇਆ ਵੀ ਨਹੀਂ ਯਾਰ ਜੇ ਤੁਸੀਂ ਐਕਟ 'ਚ ਅੱਜ ਦੀ ਘੜੀ ਮੈਨੂੰ ਇਹ ਲੱਗਦਾ ਹੈਗਾ ਵੀ ਤੁਸੀਂ ਵਧੀਆ ਮਾਹੌਲ ਬਣਾਉਣਾ ਤਾਂ ਤੁਹਾਨੂੰ ਗਾਉਣਾ ਵੀ ਜ਼ਰੂਰੀ ਹੈ ਤਾਂ ਅੱਜ ਜਿਹੜਾ ਬਾਈ ਮੇਰੇ ਨਾਲ ਬੈਠਿਆ ਇਹ ਬਾਈ ਦਾ ਕੰਟੈਂਟ ਬਹੁਤ ਜ਼ਿਆਦਾ ਪਿਆਰਾ ਹੁੰਦਾ ਹਾਸੇ ਵਾਲਾ ਹੁੰਦਾ ਵਾਇਰਲ ਵੀ ਹੁੰਦਾ ਤੁਸੀਂ ਸਾਰੇ ਜਾਣਦੇ ਹੋ ਪਛਾਣਦੇ ਹੋ ਪਰ ਫਿਰ ਵੀ ਮੈਂ ਇੱਕ ਵਾਰ ਇੰਟਰੋਡਿਊਸ ਬਾਈ ਨੂੰ ਕਰ ਦੇਣਾ ਬਾਈ ਤਾਰਾ ਪਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਬਹੁਤ ਵਧੀਆ ਚੜ੍ਹਦੀ ਸਿਹਤਾਂ ਠੀਕ ਨੇ ਇੱਕ ਨੰਬਰ ਗ੍ਰੇਟ ਦੇਖੋ ਹਾਸੇ ਦੀ ਗੱਲ ਕੀਤੀ ਤੁਹਾਡਾ ਚਿਹਰਾ ਦੇਖ ਕੇ ਮੈਨੂੰ ਹਾਸਾ ਆਉਣ ਲੱਗ ਗਿਆ ਚਲੋ ਸੋਹਣੀ ਗੱਲ ਆ ਬਾਈ ਨਹੀਂ ਤਾਰੇ ਬਾਈ ਮੈਨੂੰ ਐਂ ਲੱਗਦਾ ਕਿ ਕੰਟੈਂਟ ਹੋਵੇ ਉਹ ਤਾਂ ਤੇ ਚੰਗਾ ਹੁੰਦਾ ਹੀ ਹੁੰਦਾ ਪਰ ਬੰਦੇ ਨੇ ਨਾ ਆਪ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜਿੰਨਾ ਕੁ ਵੀ ਮੈਂ ਤੁਹਾਡੇ ਨਾਲ ਆਫ ਸਕਰੀਨ ਬੈਠਿਆ ਨਾ ਤੁਸੀਂ ਸ਼ਾਇਦ ਕਿਸਮ ਦੇ ਇਨਸਾਨ ਜ਼ਰੂਰ ਹੋ ਪਰ ਮੈਨੂੰ ਇਹ ਤਾਂ ਲੱਗਦਾ ਕਿ ਦਿਲ ਬਾਈ ਸਾਫ਼ ਆ ਤੁਹਾਡਾ ਚਲੋ ਉਹ ਤਾਂ ਬਾਈ ਹੁਣ ਕੀ ਕਹਿ ਸਕਦੇ ਹੈਗੇ ਉਹ ਤਾਂ ਦੂਜਾ ਬੰਦਾ ਹੀ ਅਬਜ਼ਰਵ ਕਰ ਸਕਦਾ ਹੈਗਾ ਹੁਣ ਮੈਂ ਆਪਦੇ ਮੂੰਹੋਂ ਦਾ ਕੀ ਕਹਿ ਸਕਦਾ ਮੈਂ ਦਿਲ ਸਾਫ਼ ਬੰਦਾ ਹੈਗਾ ਹਨਾ ਤੁਹਾਨੂੰ ਜਿਵੇਂ ਲੱਗਿਆ ਠੀਕ ਹੈ ਗੁੱਡ ਨਹੀਂ ਬਾਈ ਸ਼ਰਟ ਜੀਨਸ ਨਾਲੇ ਦਸਤਾਰ ਸੋਹਣੀ ਲੱਗ ਰਹੀ ਹੈ ਪੂਰੀ ਟੋਰ ਗੱਡੀ ਲੱਗ ਰਹੀ ਹੈ ਤਾਰੇ ਬਾਹਰ ਬਸ ਇਹ ਫਿਲਮ ਦੀ ਟੋਰ ਆ ਜਾਂ ਤਾਰੇ ਬਾਈ ਨੂੰ ਉਂਝ ਪਿਆਰ ਮੈਨੂੰ ਹੀ ਮਤਲਬ ਮੈਨੂੰ ਪੱਗ ਬੰਨਣੀ ਸੋਹਣੀ ਲੱਗਦੀ ਹੈ ਬਾਈ ਮੈਂ ਪੱਗ ਬਹੁਤ ਬੰਨੀ ਹੈਗੀ ਹੁਣ ਵੀ ਮੈਂ ਪੱਗ ਬੰਨਦਾਗਾ ਜਦੋਂ ਮੈਨੂੰ ਮਤਲਬ ਮੈਂ ਕਿਤੇ ਇਹ ਕਹਿ ਸਕਦੇ ਹਾਂ ਵੀ ਜਿੱਥੇ ਮੈਂ ਤਿਆਰ ਹੋਣਾ ਹੋਵੇ ਬਸ ਮੈਨੂੰ ਐਂ ਹੁੰਦਾ ਮੈਂ ਪੱਗ ਬੰਨ ਲਈ ਤਿਆਰ ਹੋ ਜਾਣਾ ਹੋ ਗਿਆ ਬਸ ਮੈਨੂੰ ਐ ਲੱਗਦਾ ਕਿ ਹੋਰ ਗੱਲਾਂ ਛੱਡ ਦੰਨਾ ਮੈਨੂੰ ਲੱਗਦਾ ਕਿ ਜਦੋਂ ਉਹ ਸਰਦਾਰ ਜਦੋਂ ਉਸ ਸਿਰ ਤੇ ਪੱਗ ਬੰਨ ਲਵੇ ਨਾ ਮੈਨੂੰ ਲੱਗਦਾ ਕਿ ਉਹਦੀ ਟੌਰ 4 ਗੁਣਾ ਹੋਰ ਵੱਧ ਜਾਂਦੀ ਹੈ ਜ਼ਿੰਮੇਵਾਰੀਆਂ ਵੀ ਹਾਂ ਜ਼ਿੰਮੇਵਾਰੀਆਂ ਵੀ ਐਗਜ਼ੈਕਟਲੀ ਨਹੀਂ ਬਾਈ ਮਤਲਬ ਮੈਨੂੰ ਲੱਗਦਾ ਪਹਿਲੀ ਗੱਲ ਤੁਹਾਨੂੰ ਦੇਖ ਕੇ ਸ਼ੌਂਕ ਆ ਬਾਈ ਪੱਗ ਬੰਨਣ ਦਾ ਬਹੁਤ ਪੱਗ ਬੰਨਣ ਦਾ ਸ਼ੌਂਕ ਆ ਕਦੋਂ ਪਹਿਲੀ ਵਾਰ ਕਦੋਂ ਬੰਨੀ ਸੀ ਕਿਤੇ ਪੱਗ ਬਾਈ ਮੈਨੂੰ ਲੱਗਦਾ ਸੀ ਮੈਂ 6ਵੀਂ ਚ ਪੜਦਾ ਹੁੰਦਾ ਸੀਗਾ ਸਾਡੇ ਸਕੂਲ ਚ ਬਣਾਉਂਦੇ ਹੁੰਦੇ ਸੀ ਪੱਗਾਂ ਅੱਛਾ ਹਾਂ ਉੱਥੋਂ ਬਸ ਸੁਭਾਅ ਸੀਗਾ ਬਸ ਚੱਲ ਸੋ ਚੱਲ ਅੱਜ ਤੱਕ ਨਾਲ ਆ ਅੱਜ ਕੱਲ੍ਹ ਬਾਈ ਪੱਗਾਂ ਵਾਲਿਆਂ ਨੇ ਪੂਰਾ ਮੈਂ ਕਹਿੰਦਾ ਪੰਜਾਬ ਜਿਹੜੋ ਇੰਡੀਆ ਪੂਰਾ ਦਾ ਪੂਰਾ ਰੋਸ਼ਨ ਕਰਕੇ ਰੱਖਿਆ ਹੋਇਆ ਹਾਂ ਬਾਈ ਮੈਨੂੰ ਲੱਗਦਾ ਕਿ ਦਿਲਜੀਤ ਦੋ ਸਾਂਝ ਹੋਵੇ ਖਾਲਸਾ ਏਡ ਦੇ ਸਾਰੇ ਸਿੱਖਸ ਹੋਣ ਜਾਂ ਯੂ ਨੋ ਹੋਰ ਜਿਹੜੇ ਦਸਤਾਰ ਜਿਹੜੇ ਬੰਨਦੇ ਹੁੰਦੇ ਆ ਮੈਨੂੰ ਇਹ ਲੱਗਦਾ ਕਿ ਸਪੋਰਟਸ ਯੂ ਨੋ ਉਹਨਾਂ ਦੇ ਵਿੱਚ ਜਿਹਨਾਂ ਨੇ ਆਪਣਾ ਨਾਂ ਰੋਸ਼ਨ ਯੂ ਨੋ ਇੰਡੀਆ ਦਾ ਕੀਤਾ ਹੈਗਾ ਉਹ ਹੋ ਜਾਣ ਮੈਨੂੰ ਲੱਗਦਾ ਕਿ ਸਰਦਾਰ ਹੀ ਆ ਬਾਈ ਮੋਨੇ ਜ਼ਰੂਰ ਹੈਗੇ ਆ ਪਰ ਸਰਦਾਰ ਵੀ ਆ ਉਹਦਾ ਤਾਂ ਮੈਂ ਕਟਿੰਗ ਹੈ ਉਹਦਾ ਤੁਹਾਨੂੰ ਪਤਾ ਹੀ ਹੋਊਗਾ ਹਾਂ ਹਾਂ ਉਹਦਾ ਕਟਿੰਗ ਹਾਂ ਮੈਨੂੰ ਮੈਂ ਬਲਕਿ ਉਹੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਕਿ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ 'ਚ ਜਿੰਨਾ ਮਾਣ ਜਿੰਨਾ ਪ੍ਰਾਊਡ ਸਰਦਾਰਾਂ ਨੇ ਫੀਲ ਕਰਾਇਆ ਹੋਇਆ ਪੂਰੇ ਇੰਡੀਆ ਨੂੰ ਨਾ ਕਿ ਇਕੱਲੇ ਪੰਜਾਬ ਨੂੰ ਬਿਲਕੁਲ ਇਹ ਬਹੁਤ ਮਾਣ ਵਾਲੀ ਗੱਲ ਹੁੰਦੀ ਆ ਸਰਦਾਰ ਵਾਸਤੇ ਨਹੀਂ ਨਹੀਂ ਬਿਲਕੁਲ ਸਹੀ ਆ ਤੁਹਾਡੀ ਗੱਲ ਹੈ ਨਾ ਤਾਂ ਮੈਨੂੰ ਐਸੇ ਕਿ ਮੈਂ ਕਿਹਾ ਚਲੋ ਤਾਰੇ ਬਾਈ ਨੂੰ ਆਪਾਂ ਉਂਝ ਤਾਂ ਮਿਲਾਂਗੇ ਕੰਟੈਂਟ ਦੇਖ ਦੇਖ ਕੇ ਬਥੇਰਾ ਹੱਸ ਰਿਹਾ ਅੱਜ ਰੂਬਰੂ ਦੇਖ ਕੇ ਹੱਸਾਂਗੇ ਨਹੀਂ ਨਹੀਂ ਸ਼ੁਕਰੀਆ ਵੈਲਕਮ ਆ ਬਾਈ ਤੁਹਾਡਾ ਨਹੀਂ ਧੰਨਵਾਦ ਬਾਈ ਸਾਨੂੰ ਬੜੀ ਖੁਸ਼ੀ ਆ ਕਿ ਅਸੀਂ ਅੱਜ ਤੁਹਾਨੂੰ ਫੜਿਆ ਹੈਗਾ ਧੱਕੇ ਨਾਲ ਬਾਈ ਤਾਂ ਕਹਿੰਦਾ ਕਿ ਨਾ ਯਾਰ ਮੈਂ ਇੰਟਰਵਿਊ ਦੇ ਮਤਲਬ ਚੈਨਲ ਥਰੂ ਕਹਿ ਦਿੰਦਾ ਗਾ ਬਾਈ ਵੀ ਮੈਂ ਬਾਕੀ ਧੱਕੇ ਨਾਲ ਫੜਿਆ ਹੈਗਾ ਮੈਂ ਭੱਜ ਨਹੀਂ ਸਕਿਆ ਬਸ ਅਦਰਵਾਈਜ਼ ਜਿਨ੍ਹਾਂ ਨੂੰ ਮੈਂ ਜਵਾਬ ਦਿੱਤੇ ਨੇ ਯਾਰ ਜਿਨ੍ਹਾਂ ਨਾਲ ਮੈਂ ਨਹੀਂ ਕਰ ਸਕਿਆ ਤਾਂ ਬਸ ਸਹਿਲ ਬਾਈ ਨੇ ਮੈਨੂੰ ਫੜ ਲਿਆ ਹੁਣ ਮੈਂ ਅੱਗੇ ਤੋਂ ਖਿਆਲ ਰੱਖੂੰਗਾ ਮੈਂ ਨਹੀਂ ਆਉਂਦਾ ਹੱਥ ਸਿਰ 'ਤੇ ਨਹੀਂ ਕੋਸ਼ਿਸ਼ ਕਰੂੰ ਮੈਨੂੰ ਲੱਗਦਾ ਕਿ ਜਿਹੜਾ ਇਹ ਸਮਾਂ ਹੁੰਦਾ ਨਾ ਤਾਰੇ ਬਾਈ
ਇੰਟਰਵਿਊ ਵਾਲਾ ਸਪੈਸ਼ਲੀ ਕਿਉਂਕਿ ਬੰਦਾ ਨਾ ਬਹੁਤ ਸਮੇਂ ਦਾ ਸਟਰਗਲ ਕਰ ਰਿਹਾ ਹੁੰਦਾ ਮਿਹਨਤ ਕਰ ਰਿਹਾ ਹੁੰਦਾ ਇਕੱਲੇ ਇੰਟਰਵਿਊ ਵਾਸਤੇ ਨਹੀਂ ਮਿਹਨਤ ਕਰਦਾ ਆਪਣੀ ਜ਼ਿੰਦਗੀ 'ਚ ਆਪਦੀ ਤਰੱਕੀ ਵਾਸਤੇ ਮਿਹਨਤ ਕਰ ਰਿਹਾ ਹੁੰਦਾ ਇੰਟਰਵਿਊ ਉਹਦੀ ਸਕਸੈਸ ਦਾ 1% ਪਾਰਟ ਹੁੰਦਾ ਜਿੱਥੋਂ ਉਹ ਆਪਣੀ ਜ਼ਿੰਦਗੀ ਦੇ ਕਿੱਸਿਆਂ ਨੂੰ ਚੀਜ਼ਾਂ ਨੂੰ ਲੋਕਾਂ ਦੇ ਸਾਹਮਣੇ ਦੱਸਦਾ ਤਾਂ ਤਾਰੇ ਦੀ ਜ਼ਿੰਦਗੀ 'ਚ ਜਿਹੜਾ ਇਹ ਸਮਾਂ ਚੱਲ ਰਿਹਾ ਜਾਂ ਜਿੰਨਾ ਤਾਰੇ ਦੀ ਜ਼ਿੰਦਗੀ 'ਚ ਜਿਹਨੇ ਤਾਰੇ ਨੂੰ ਤਾਰਾ ਪਾਲ ਇੰਨਾ ਮਸ਼ਹੂਰ ਕਰਤਾ ਤਾਂ ਉਹ ਉਹ ਸਮਾਂ ਮੈਨੂੰ ਲੱਗਦਾ ਕਿ ਤਾਰੇ ਬਾਈ ਨਾਲ ਗੱਲ ਕਰਨੀ ਤਾਂ ਬਣਦੀ ਹੈ ਵੀ ਅੱਜ ਸੈਲੀਬ੍ਰਿਟੀ ਵਰਗੀ ਫੀਲ ਕਿੰਨੀ ਕੁ ਆਉਂਦੀ ਆ ਨਹੀਂ ਨਹੀਂ ਫੀਲ ਵਾਲੇ ਤਾਂ ਕੋਈ ਗੱਲ ਨਹੀਂ ਵੀਰੇ ਬਸ ਹਾਂ ਜਦੋਂ ਆਪਾਂ ਕੰਮ ਸ਼ੁਰੂ ਕਰਦੇ ਹਾਂ ਹੈ ਨਾ ਕੋਈ ਮੇਰਾ ਉਵੇਂ ਐਂ ਕਲੀਅਰ ਕੱਟ ਮੈਂ ਤੁਹਾਨੂੰ ਕਹਿਦਾ ਵੀ ਮੇਰਾ ਵਿਜ਼ਨ ਨਹੀਂ ਸੀਗਾ ਉਵੇਂ ਹੈ ਨਾ ਮੈਨੂੰ ਸ਼ੌਂਕ ਸੀਗਾ ਮੈਨੂੰ ਐਕਟ ਕਰਨ ਦਾ ਸ਼ੌਂਕ ਸੀਗਾ ਵੀ ਮੈਂ ਐਕਟ ਕਰ ਲੈਂਦਾ ਹੁੰਦਾ ਸੀਗਾ ਇਹ ਹੁਣ ਮੇਰਾ ਪਰਿਵਾਰ ਵੀ ਦੱਸ ਸਕਦਾ ਹੈਗਾ ਮੇਰੀਆਂ ਹਰਕਤਾਂ ਹੈ ਨਾ ਚਲੋ ਉਹਦੀ ਆਪਾਂ ਗੱਲ ਨਹੀਂ ਕਰਦੇ ਅਤੇ ਉਹ ਫਿਰ ਹੌਲੀ ਹੌਲੀ ਸਟੇਜਾਂ ਤੋਂ ਹੌਲੀ ਹੌਲੀ ਇੰਸਟਾਗ੍ਰਾਮ ਸਨੈਪਚੈਟ 'ਤੇ ਆ ਗਿਆ ਸੋਸ਼ਲ ਸਾਈਟਾਂ 'ਤੇ ਆ ਗਿਆ ਫਿਰ ਪਰਦੇ 'ਤੇ ਆ ਗਿਆ ਬਸ ਇਹ ਉਹ ਉਹ ਇੱਕ ਅੰਦਰ ਹੁੰਦਾ ਨਾ ਆਪਣੇ ਉਹ ਉਹ ਸੀਗਾ ਇਹਨੂੰ ਆਪਾਂ ਕੀੜਾ ਵੀ ਨਹੀਂ ਕਹਿ ਸਕਦੇ ਇੱਕ ਤਾਂ ਕੀੜਾ ਤਾਂ ਹੁੰਦਾ ਵੀ ਪਾ ਲੈਣਾ ਵੀ ਮੈਨੂੰ ਬਸ ਐਕਟ ਕਰਨ ਦਾ ਵਧੀਆ ਮੈਨੂੰ ਅੱਛਾ ਲੱਗਦਾ ਸੀਗਾ ਅਸੀਂ ਨਾਟਕ ਕਰਦੇ ਰਹੇ ਹਾਂ ਮੈਂ ਉੱਦਾਂ ਕਿਸੇ ਗਰੁੱਪ 'ਚ ਨਹੀਂ ਥੀਏਟਰ ਕੀਤਾ ਕਾਲਜ ਵੱਲੋਂ ਯੂਨੀਵਰਸਿਟੀ ਵੱਲੋਂ ਖੇਡਦੇ ਰਹੇ ਹਾਂਗੇ ਜਿੱਤੇ ਵੀ ਹਾਂਗੇ ਅਤੇ ਸਕਿੱਟ ਵੀ ਜਿੱਤੇ ਹਾਂਗੇ ਅਸੀਂ ਇੱਥੋਂ ਇੰਟਰ ਯੂਨੀਵਰਸਿਟੀ ਖੇਡੇ ਸੀਗੇ ਸੋ ਉਵੇਂ ਸ਼ੌਂਕ ਸੀਗਾ ਤੁਸੀਂ ਇਹ ਦੇਖੋ ਦੋਨੇ ਦੋਨੇ ਬਰਾਬਰ ਚੱਲਦੇ ਰਹੇ ਗਾ ਵੀ ਲੈਂਦਾ ਸੀਗਾ ਮੈਂ ਹੈ ਨਾ ਮੈਂ ਗਾਉਣ ਤੋਂ ਸ਼ੁਰੂਆਤ ਕਰਨ ਲੱਗਿਆ ਐਕਟ ਉੱਤੇ ਭਾਰੀ ਪੈ ਗਿਆ ਮੈਂ ਭੁੱਲ ਹੀ ਗਿਆ ਗਾਉਣਾ ਫਿਰ ਮੇਰੇ ਮਾਂਗਰੋਂ ਜਾ ਕੇ ਚੇਤੇ ਆਇਆ ਵੀ ਨਹੀਂ ਯਾਰ ਜੇ ਤੁਸੀਂ ਐਕਟ 'ਚ ਅੱਜ ਦੀ ਘੜੀ ਮੈਨੂੰ ਇਹ ਲੱਗਦਾ ਹੈਗਾ ਵੀ ਤੁਸੀਂ ਵਧੀਆ ਮਾਹੌਲ ਬਣਾਉਣਾ ਤਾਂ ਤੁਹਾਨੂੰ ਗਾਉਣਾ ਵੀ ਜ਼ਰੂਰੀ ਹੈਗਾ ਕਿਤੇ ਨਾ ਕਿਤੇ ਲੱਗਦਾ ਤੁਹਾਨੂੰ ਬਾਈ ਮੈਨੂੰ ਇਹ ਲੱਗਦਾ ਕਿ ਅੱਜ ਦੇ ਸਮੇਂ 'ਚ ਮਿਊਜ਼ਿਕ ਬਹੁਤ ਉੱਤੇ ਲੰਘ ਗਿਆ ਹਾਂ ਉਹ ਮੈਂ ਗਾ ਲੈਂਦਾ ਸੀਗਾ ਅਤੇ ਉਹ ਬਸ ਚੱਲਦਾ ਰਿਹਾ ਮਾਹੌਲ ਸਾਰਾ ਅਤੇ ਚਲੋ ਅੱਜ ਆ ਫਿਲਮ ਕਰ ਲਈ ਜ਼ਿੰਦਗੀ ਦੇ ਇਸ ਸਫ਼ਰ ਨੂੰ ਪੂਰਾ ਮਾਣਿਆ ਤਾਰੇ ਹਾਂ ਬਾਈ ਵਧੀਆ ਰਿਹਾ ਸੋਹਣਾ ਰਿਹਾ ਕੱਲ੍ਹ ਅਸੀਂ ਗੱਲ ਕਰੀ ਜਾਂਦੇ ਸੀਗੇ ਕਿਸੇ ਨੇ ਕੁਐਸਚਨ ਕੀਤਾ ਸੀ ਥੀਏਟਰ ਬਾਰੇ ਮੈਂ ਕਿਹਾ ਜ਼ਰੂਰ ਹਾਂ ਮੈਨੂੰ ਹੁਣ ਵੀ ਲੱਗਦਾ ਹੁੰਦਾ ਗਾ ਵੀ ਜਦੋਂ ਮਾੜਾ ਜਿਹਾ ਮਾਹੌਲ ਕਿਉਂ ਹੁਣ ਥੋੜ੍ਹੇ ਜਿਹੇ ਉਲਝੇ ਰਹਿਣੇ ਆ ਬਾਈ ਕੰਮਾਂ ਕਾਰਾਂ 'ਚ ਇੱਕ ਜ਼ਿੰਮੇਵਾਰੀ ਟਾਈਪ ਮਾਹੌਲ ਜਿਹਾ ਹੋ ਗਿਆ ਉਦੋਂ ਪੜ੍ਹਦੇ ਹੁੰਦੇ ਸੀ ਉਦੋਂ ਧਿਆਨ ਹੀ ਇਹ ਹੁੰਦਾ ਸੀਗਾ ਵੀ ਆਪਾਂ ਯਾਰ ਬਸ ਨਾਟਕ ਕਰਨਾ ਗਾ ਸਕਿੱਟ ਕਰਨੀ ਆ ਮੈਂ ਬਹੁਤਾ ਤਾਂ ਨਹੀਂ ਕੀਤਾ ਪਰ ਜਿੰਨਾ ਕੁ ਕੀਤਾ ਗਾ ਮੈਨੂੰ ਨਜ਼ਾਰਾ ਆਉਂਦਾ ਸੀਗਾ ਕੁੱਲ ਮਿਲਾ ਕੇ ਮੈਨੂੰ ਨਾ ਇੱਕ ਚੀਜ਼ ਨਾ ਬਾਈ ਇਹ ਨਾ ਹਮੇਸ਼ਾ ਕਨੈਕਟਿਡ ਮੈਨੂੰ ਫੀਲ ਕਰਦੀ ਆ ਜਦੋਂ ਵੀ ਮੈਂ ਉਸ ਇਨਸਾਨ ਨੂੰ ਮਿਲਦਾ ਜਿਸ ਇਨਸਾਨ ਨੂੰ ਸਿੱਧੂ ਨੇ ਬੜਾ ਪਿਆਰ ਕੀਤਾ ਤਾਂ ਤੁਹਾਡੀ ਜ਼ਿੰਦਗੀ ਵਿੱਚ ਵੀ ਸਿੱਧੂ ਦਾ ਬਹੁਤ ਮਤਲਬ ਕਿ ਇੱਕ ਹੁੰਦਾ ਨਾ ਬਾਈ ਇੱਕ ਨਾ ਦੌਰ ਵਿੱਚ ਜਿਹੜਾ ਕਲਾਕਾਰ ਪੀਕ 'ਤੇ ਹੋਵੇ ਬਿਲਕੁਲ ਅਤੇ ਉਹ ਉਸ ਦੌਰ ਦੇ ਵਿੱਚ ਅਗਰ ਉਹ ਕਿਸੇ ਵੀ ਆਪਣੇ ਤੋਂ ਆਪਣੇ ਆਪਣੇ ਨਾਲ ਆਪਣੇ ਤੋਂ ਇੱਕ ਆਰਟਿਸਟ ਦੀ ਪਰਵਾਹ ਕਰਦਾ ਹੋਵੇ ਉਹਦੀ ਫਿਕਰ ਕਰਦਾ ਹੋਵੇ ਤਾਂ ਮੇਰੇ ਖਿਆਲ ਤੋਂ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਬਿਲਕੁਲ ਤਾਂ ਸਿੱਧੂ ਪੀਕ 'ਤੇ ਸੀਗਾ ਤੁਸੀਂ ਵੀ ਆਪਣਾ ਕੰਮ ਕਰੀ ਜਾਂਦੇ ਸੀਗੇ ਬੰਦਾ ਕਿਤੇ ਨਾ ਕਿਤੇ ਬਾਈ ਦੁਆਵਾਂ ਕਰਦਾ ਹੈ ਕਿ ਰੱਬਾ ਥੋੜੀ ਤਰੱਕੀ ਤਾਂ ਦੇ ਹਨਾ ਵੀ ਕਿਤੇ ਮੇਰੇ ਕੰਮ ਨੂੰ ਬੂਰਤਾ ਪਾ ਕਿਤੇ ਮੇਰੇ ਵੀ ਚਾਹੁਣ ਵਾਲੇ ਬਣਨ ਬਿਲਕੁਲ ਕਿਉਂਕਿ ਮੈਂ ਕੰਮ ਪੂਰਾ ਇਮਾਨਦਾਰੀ ਨਾਲ ਕਰ ਰਿਹਾ ਤਾਂ ਤਾਰੇਪਾਲ ਦੀ ਜ਼ਿੰਦਗੀ 'ਚ ਜਿਹੜਾ ਸਿੱਧੂ ਵਾਲਾ ਟਾਈਮ ਪੀਰੀਅਡ ਰਿਹਾ ਨਾ ਉਹ ਮੇਰੇ ਖਿਆਲ ਤੋਂ ਤਾਰੇ ਨੂੰ ਵੀ ਯਾਦ ਰਹੂਗਾ ਹਮੇਸ਼ਾ ਪੂਰੀ ਉਮਰ ਬਿਲਕੁਲ ਸਾਨੂੰ ਵੀ ਯਾਦ ਰਹੂਗਾ ਤਾਂ ਮੈਂ ਉਹ ਟਾਈਮ ਨੂੰ ਤਾਰੇ ਬਾਈ ਪੁੱਛਣਾ ਚਾਹੁੰਦਾ ਹਾਂ ਕਿ ਉਹ ਸਿੰਪਲੀ ਸੀਗਾ ਵੀਰੇ ਮੈਂ ਜਿਵੇਂ ਆਪਾਂ ਆਫ ਕੈਮਰਾ ਗੱਲਾਂ ਕਰੀ ਜਾਂਦੇ ਸੀਗੇ ਫੀਚਰਿੰਗ ਕਰਦਾ ਸੀ ਮੇਰੀ ਸ਼ੁਰੂਆਤ ਸੀਗੀ ਜਿਹੜੀ ਹੋਈ ਉਹ ਵੀ ਇਤਫਾਕ ਸੀਗਾ ਅਸੀਂ ਮੇਰਾ ਦੋਸਤ ਸੀਗਾ ਮਨਪ੍ਰੀਤ ਮਨਪ੍ਰੀਤ ਸਿੰਘ ਉਹ ਗੀਤ ਗਾਉਂਦੇ ਨੇ ਬਾਈ ਹਰਮਨਜੀਤ ਰਾਣੀ ਤੱਤ ਵਾਲੇ ਰਾਈਟਰ ਨੇ ਸਟਾਲਨ ਵੀਰ ਵੀਰਾ ਸਾਡਾ ਮਤਲਬ ਉਹ ਗਾਣਾ ਬਣਾ ਰਹੇ ਸੀਗੇ ਉਹ ਸੈੱਟ 'ਤੇ ਕੁਦਰਤੀ ਮੈਂ ਗਿਆ ਹੋਇਆ ਸੀਗਾ ਸਾਡੇ ਦੋਸਤ ਸੀਗੇ ਸਾਰੇ ਉਹਨਾਂ ਨੂੰ ਸ਼ਾਮ ਜੀ ਦਾ ਟਾਈਮ ਸੀ 5 ਵਜੇ ਦਾ ਵੀ ਆਪਾਂ ਨੂੰ ਆਹ ਕਰੈਕਟਰ ਚਾਹੀਦਾ ਉਹ ਕਹਿੰਦੇ ਯਾਰ ਤਾਰਾ ਕਰ ਲੂਗਾ ਮੈਂ ਕਿਹਾ ਬਾਈ ਕਰ ਲੂੰਗਾ ਉੱਥੋਂ ਸ਼ੁਰੂਆਤ ਹੋ ਗਈ ਫਿਰ ਸਟਾਲਨ ਬਾਈ ਨਾਲ ਕਈ ਗਾਣੇ ਕੀਤੇ ਫਿਰ ਅਸੀਂ ਮਤਲਬ ਸਿੱਧੂ ਬਾਈ ਕੋਲ ਐਜ ਏ ਫੈਨ ਗਏ ਹੈ ਨਾ ਮੇਰਾ ਦੋਸਤ ਆ ਕਨੇਡਾ ਗਾ ਹੁਣ ਵੀਰਾ ਉਹ ਅਤੇ ਉੱਥੋਂ ਗੱਲਾਂ ਬਾਤਾਂ ਸ਼ੁਰੂ ਹੋਈਆਂ ਉਹਨੇ ਦਿਨੀ ਉਹ ਉਹਨਾਂ ਨੇ ਨਾ ਮੇਰਾ ਗੁਲਾਬ ਸਿੱਧੂ ਵੀਰੇ ਨਾਲ ਗਾਣਾ ਆਇਆ ਸੀਗਾ ਇੱਕ ਉਹਦੇ 'ਚ ਡਾਇਲੋਗ ਸੀਗਾ ਮੈਂ ਡਾਇਲੋਗ ਤਾਂ ਨਹੀਂ ਹੁਣ ਮੇਰੇ ਚੇਤੇ ਉਹ ਦੇਖਿਆ ਸੀਗਾ ਉਹ ਕਹਿੰਦੇ ਵੀ ਆਪਾਂ ਐਂ ਕਰਕੇ ਗਾਣਾ ਕਰਨਾ ਗਾ ਅੱਗੇ ਅਤੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਕਿਹਾ ਵੀਰੇ ਕੋਈ ਚੱਕਰ ਨਹੀਂ ਗਾ ਤੁਸੀਂ ਦੱਸ ਦਿਓ ਉਹਨਾਂ ਦਾ ਜਿਹੜਾ ਮਤਲਬ ਵੀਡੀਓਗ੍ਰਾਫਰ ਸੀਗਾ ਪੁਲਕਿਤ ਸੀਗਾ ਮੁੰਡਾ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਫਿਰ ਅਸੀਂ ਗਏ ਉਹ ਵੀ ਮੇਰਾ ਦੋਸਤ ਕਨੇਡਾ ਵਾਲਾ ਵੀ ਗਿਆ
ਤੇ ਉਹ ਬਹੁਤ ਮੁਹੱਬਤ ਕੀਤੀ ਲੋਕਾਂ ਨੇ ਬਹੁਤ ਪਿਆਰ ਕੀਤਾ ਸਿੱਧੂ ਨੂੰ ਆਪ ਨੂੰ ਵੀਰ ਨੂੰ ਬਹੁਤ ਪਸੰਦ ਸੀਗੀ ਉਹ ਚੀਜ਼ ਹਾਂ ਅਸੀਂ ਜਦੋਂ ਉਹ ਗਾਣਾ ਸ਼ੂਟ ਕਰ ਲਿਆ ਮੇਰੇ ਕੋਈ ਮਤਲਬ ਦੋਸਤ ਮਿੱਤਰ ਸੀਗੇ ਉਹ ਗਏ ਆਏ ਸੀਗੇ ਉਹਦੇ ਸਿੱਧੂ ਦੇ ਡੈਡੀ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਵੀ ਗਾਣਾ ਜਿਹੜਾ ਬਹੁਤ ਸੋਹਣਾ ਬਣਿਆ ਹੈਗਾ ਅਤੇ ਖੁਸ਼ੀ ਹੋਈ ਬਾਈ ਫਿਰ ਬਾਈ ਮੈਨੂੰ ਇੱਦਾਂ ਲੱਗਦਾ ਕਿ ਇਹ ਸਮਾਂ ਇਹ ਦੌਰ ਇਨਸਾਨ ਹਮੇਸ਼ਾ ਫੜ ਕੇ ਰੱਖਦਾ ਇਨਸਾਨ ਹਮੇਸ਼ਾ ਨਾਲ ਰੱਖ ਕੇ ਚੱਲਣਾ ਚਾਹੁੰਦਾ ਬਾਈ ਰੱਖ ਦਿਓ ਕੌਫੀ ਇੱਧਰ ਆਪਾਂ ਨਾਲ ਨਾਲ ਮਾੜਾ ਮੋਟਾ ਖਾਂਦੇ ਪੀਂਦੇ ਗੱਲਾਂ ਕਰਦੇ ਮੈਂ ਕਿਹਾ ਜਦੋਂ ਤਾਰੇ ਬਾਈ ਦੀ ਤਾਂ ਬਲੈਕ ਕੌਫੀ ਆ ਗਈ ਹੈ ਅਤੇ ਆਪਾਂ ਵੀ ਮਾੜਾ ਜਿਹਾ ਕੌਫੀ ਮੰਗਾ ਲਈਏ ਤਾਂ ਕਿ ਜਿਹੜੀਆਂ ਗੱਲਾਂ ਪਹਿਲੀ ਵਾਰੀ ਬੀਤੀ ਹੈ ਬਾਈ ਕੌੜੀ ਲੱਗੀ ਐਵੇਂ ਬਾਈ ਐਵੇਂ ਬਾਅਦ ਫੀਲ ਹੁੰਦਾ ਨਾ ਪਤਾ ਨਹੀਂ ਕੀ ਪੀ ਲਿਆ ਯਾਰ ਹੈ ਨਾ ਕਈ ਵਾਰ ਇਨਸਾਨ ਐਵੇਂ ਕਹਿੰਦਾ ਜਿਵੇਂ ਚਾਹ ਬਾਈ ਐਂ ਉਦਾਂ ਪੀ ਲੈਂਦੇ ਹਾਂ ਉਹ ਚਾਹ ਕਈ ਵਾਰੀ ਪੀ ਲਈ ਅਤੇ ਮੈਂ ਕਿਹਾ ਚੱਲ ਮਾੜਾ ਜਿਹਾ ਅਸੀਂ ਨਾ ਅਸਲ ਜਦੋਂ ਤੁਸੀਂ ਥੋੜ੍ਹਾ ਜਿਹਾ ਉੱਧਰ ਟਾਈਮ ਵੱਧ ਲਾ ਤਾ ਅਸੀਂ ਥੋੜ੍ਹਾ ਜਿਹਾ ਹੋਰ ਪਲਾਨ ਬਣਾ ਲਿਆ ਸੀ ਮੈਂ ਕਿਹਾ ਲੰਬਾ ਕਿਉਂਕਿ ਬਾਈ ਸੈਨ ਦੱਸ ਗਿਆ ਨਹੀਂ ਬਾਈ ਮੈਨੂੰ ਐਂ ਲੱਗਦਾ ਕਿ ਜਿਵੇਂ ਸਿੱਧੂ ਦੀ ਗੱਲ ਕਰ ਰਹੇ ਸੀਗੇ ਚਲੋ ਉਹ ਦੌਰ ਨੂੰ ਤਾਂ ਆਪਾਂ ਨਾਲ ਲੈ ਕੇ ਚੱਲੀਏ ਹਮੇਸ਼ਾ ਪਰ ਜਿਹੜਾ ਤਾਰੇ ਪਾ ਦੀ ਜ਼ਿੰਦਗੀ ਜਿਹੜਾ ਕੰਟੈਂਟ ਵਾਲਾ ਦੌਰ ਰਿਹਾ ਕੰਟੈਂਟ ਬਣਾਉਣਾ ਵਾਇਰਲ ਹੋਣਾ ਤਾਰੇ ਦਾ ਕਿੰਨਾ ਕੁ ਜ਼ੋਰ ਲੱਗਿਆ ਇਹਨਾਂ ਚੀਜ਼ਾਂ ਇਹ ਤਾਂ ਬਾਈ ਜੇ ਆਪਾਂ ਹੁਣ ਉਵੇਂ ਕਹੀਏ ਵੀ ਸਪੈਸ਼ਲ ਸਪੈਸ਼ਲ ਨਹੀਂ ਮੈਂ ਕਹਿ ਸਕਦਾ ਕੁਛ ਹੈ ਨਾ ਡੇ ਬਾਈ ਡੇ ਚੱਲਦਾ ਰਿਹਾ ਹੈ ਨਾ ਜਿਵੇਂ ਅਸੀਂ ਯੂਨੀਵਰਸਿਟੀ ਹੁੰਦੇ ਸੀਗੇ ਮੈਂ ਉੱਥੇ ਉਹ ਵੀ ਇਤਫਾਕ ਬਣਦੇ ਗਏ ਸਾਰੀਆਂ ਚੀਜ਼ਾਂ ਫੇਸਬੁੱਕ ਬਹੁਤ ਚੱਲਦੀ ਸੀ ਅਸੀਂ ਲਾਈਵ ਹੋ ਗਏ ਉੱਦਾਂ ਹੀ ਕਿਹੜੇ ਟਾਈਮ ਦੀ ਗੱਲ ਹੈ ਇਹ 16 ਦੀ ਹੋ ਗੱਲ ਬਾਈ ਅੱਛਾ ਹਾਂ ਉੱਦਾਂ ਹੀ ਲਾਈਵ ਹੋ ਗਏ ਉਹੀ ਬਸ ਵੀ ਚੱਕ ਕੇ ਲਾਈਵ ਹੋ ਗਏ ਹੈ ਨਾ ਉੱਥੇ ਸਾਡੇ ਨਾਲ ਬੰਦੇ ਜੁੜ ਗਏ 35 ਜੁੜ ਗਏ ਤੁਸੀਂ ਇਹ ਹਿਸਾਬ ਲਾ ਲਓ ਵੀ ਮੈਂ ਅਸੀਂ ਹੋਸ਼ ਭੁੱਲ ਗਏ ਵੀ ਅਸੀਂ ਬੋਲ ਕੀ ਰਹੇ ਹਾਂਗੇ ਆਪ ਉਹ ਐਂ ਹੋ ਗਿਆ ਵਾਹ ਹੋ ਗਿਆ ਜੇ ਕਿਉਂਕਿ ਖੁਸ਼ੀ ਵਾਲੀ ਹੋ ਗਈ ਕਿਸ ਚੀਜ਼ ਦੀ ਲਾਈਵ ਹੋਈ ਲਾਈਵ ਹੋਈ ਹਾਂ ਵੀ ਮਤਲਬ ਵੀ ਸਾਨੂੰ ਲੋਕ ਦੇਖਣ ਆ ਗਏ ਕਹਿਣ ਦਾ ਮਤਲਬ ਵੀ ਦੇਖਣ ਆ ਗਏ ਲੋਕ ਸਾਨੂੰ ਇਦੋਂ ਬਾਅਦ ਅਸੀਂ ਲਾਈਵ ਹੋਣ ਲੱਗ ਗਏ ਉੱਥੋਂ ਸਿਸਟਮ ਚੱਲਦਾ ਗਿਆ ਇੱਕ ਮੈਨੂੰ ਨਾ ਮਤਲਬ ਗਾ ਲੈਂਦਾ ਸੀ ਮੈਂ ਉਹ ਉਹਨੂੰ ਆਪਾਂ ਪੈਰੋਡੀ ਕਹਿੰਦੇ ਹਾਂ ਕਿ ਜਿਹੜਾ ਨਕਲ ਕਰਨੀ ਗਾਣੇ ਦੀ ਹਾਂ ਉਹ ਅਸੀਂ ਪੁੱਠੇ ਸਿੱਧੇ ਗਾਣੇ ਮਤਲਬ ਗਾਉਂਦੇ ਰਹਿੰਦੇ ਉਹ ਬਲਗਰ ਨਹੀਂ ਸੀਗੇ ਲਿਰਿਕਸ ਟੇਢੇ ਮਹਿੰਗੇ ਕਰ ਦਿੰਦੇ ਸੀਗੇ ਉਹ ਸੋਹਣੇ ਲੱਗਦੇ ਲੋਕਾਂ ਨੂੰ ਪਸੰਦ ਆਉਂਦੇ ਕਿਹੜਾ ਗਾਣਾ ਗਾਇਆ ਸੀ ਯਾਦ ਕੁਛ ਨਹੀਂ ਉਹ ਮੇਰੇ ਯਾਦ ਨਹੀਂ ਗਾ ਉਦਾਂ ਕਾਮੇਡੀ ਗਾਣੇ ਲਿਖਣ ਲੱਗ ਗਏ ਫਿਰ ਵਿੱਚ ਦੀ ਇੱਕ ਦੌਰ ਆ ਗਿਆ ਉਹ ਕਾਮੇਡੀ ਲੋਕ ਮਤਲਬ ਅਰਮਾਨ ਦਾ ਹੀ ਸੀਗਾ ਇੱਕ ਦਾ ਗਾਣਾ ਸਾਡੇ ਫਿਲਮ ਦੇ ਉਹ ਮੇਰਾ ਉਹ ਮੇਰੇ ਹੁਣ ਮੈਂ ਭੁੱਲ ਗਿਆ ਨਹੀਂ ਮੈਂ ਜੇ ਆਪਣੇ ਪਹਿਲਾਂ ਚੇਤੇ ਹੁੰਦਾ ਮੈਂ ਯਾਦ ਕਰ ਲੈਂਦਾ ਉਹ ਗਾਣਾ ਅਤੇ ਕਈ ਗਾਣੇ ਸੀਗੇ ਬਸ ਉਵੇਂ ਚੱਲਦਾ ਚੱਲਦਾ ਫਿਰ ਹੌਲੀ ਹੌਲੀ ਜਿਹੜਾ ਇੰਸਟਾ ਆ ਗਿਆ ਕੋਈ ਇਹ ਨਹੀਂ ਕਹਿ ਸਕਦੇ ਆਪਾਂ ਪਲੈਨਡ ਨਹੀਂ ਸੀਗੀਆਂ ਚੀਜ਼ਾਂ ਮੈਂ ਮਗਰੋਂ ਦੇਖੀਆਂ ਵੀ ਕਿੰਨੀਆਂ ਹੀ ਰੀਲਾਂ ਉਵੇਂ ਪਈਆਂ ਸੀਗੀਆਂ ਹੈ ਨਾ ਵੀ ਬਸ ਪਾ ਦਿੰਦੇ ਸੀਗੇ ਬਸ ਚੀਜ਼ ਜੀ ਤੁਹਾਨੂੰ ਐਵੇਂ ਲੱਗਦਾ ਕਿ ਜਿਵੇਂ ਇਨਸਾਨ ਇਸ ਉਮਰ ਦੇ ਵਿੱਚ ਤਰੱਕੀ ਕਰਦਾ ਨਾ ਸਾਰਿਆਂ ਨਾਲੋਂ ਜ਼ਿੰਦਗੀ 'ਚ ਜਿਹੜੇ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਆ ਉਹ ਖੁਸ਼ ਹੁੰਦੇ ਆ ਤੁਹਾਡੇ ਬੇਬੇ ਅਤੇ ਬਾਪੂ ਹਾਂ ਜਿਨ੍ਹਾਂ ਨੂੰ ਉਮੀਦ ਇਹ ਹੁੰਦੀ ਆ ਕਿ ਸਾਡਾ ਬੱਚਾ ਪੜ੍ਹਨ ਗਿਆ ਪੜ੍ਹ ਲਿਖ ਕੇ ਕਿਤੇ ਅਫਸਰ ਲੱਗੂਗਾ ਪਰ ਉਹ ਉਹਨਾਂ ਵਾਸਤੇ ਸਰਪ੍ਰਾਈਜ਼ ਨਿਕਲ ਜਾਂਦਾ ਜਦੋਂ ਤੁਹਾਡਾ ਬੱਚਾ ਟੈਲੈਂਟਡ ਨਿਕਲੇ ਤਾਂ ਪੜ੍ਹਾਈ ਦੇ ਨਾਲ ਨਾਲ ਆਪਣੇ ਅੰਦਰ ਕੋਈ ਇਹੋ ਜਿਹੀ ਚੀਜ਼ ਵੀ ਐਡ ਕਰੇ ਜਿੱਥੇ ਉਹਦੇ ਪਰਿਵਾਰ ਨੂੰ ਜਾਂ ਬੇਬੇ ਬਾਪੂ ਨੂੰ ਹੋਰ ਜ਼ਿਆਦਾ ਮਾਣ ਮਹਿਸੂਸ ਹੋਵੇ ਬਿਲਕੁਲ ਵੀਰੇ ਤਾਂ ਤਾਰੇਪਾਲ ਦੀ ਜ਼ਿੰਦਗੀ 'ਚ ਪਹਿਲੀ ਵਾਰੀ ਬੇਬੇ ਬਾਪੂ ਨੂੰ ਕਿਵੇਂ ਸਮਝਾਇਆ ਕਿ ਬੇਬੇ ਮੈਂ ਕੰਟੈਂਟ ਬਣਾਉਣਾ ਲੋਕਾਂ ਨੂੰ ਹਸਾਉਣਾ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਉਹ ਨਾਲ ਦੇ ਜਿਵੇਂ ਹੁਣ ਬਾਈ ਕੀ ਕਹਿੰਦੇ ਹੁੰਦੇ ਆ ਮੈਂ ਹੁਣ ਸੋਸ਼ਲ ਮੀਡੀਆ ਫੈਲ ਹੀ ਇੰਨਾ ਗਿਆ ਵੀ ਪਿੰਡਾਂ 'ਚ ਜਿਹੜੇ ਚਾਚੀਆਂ ਤਾਈਆਂ ਉਹਨਾਂ ਕੋਲ ਵੀ ਫੋਨ ਨੇ ਹੈ ਨਾ ਮੇਰਾ ਕੰਟੈਂਟ ਪਿਓਰ ਦੇਸੀ ਹੁੰਦਾ ਹੈ ਨਾ ਮੱਝਾਂ ਜੀ 'ਚ ਖੇਤ ਫਿਰਦਾ ਝੋਨਾ ਲਾ ਰਹੇ ਹਾਂਗੇ ਸਾਰਾ ਕੁਛ ਏ ਟੂ ਜੈਡ ਜਿਹੜਾ ਹੁੰਦਾ ਤਵਾ ਲਾਉਣਾ ਹਾਂ ਉਹਦੇ ਵਿੱਚ ਕੀ ਕਹਿੰਦੇ ਹੈਗੇ ਵੀ ਉਹ ਉਹਨਾਂ ਕੋਲ ਆਉਣ ਲੱਗ ਗਈਆਂ ਰੀਲਾਂ ਉਹ ਬਸ ਫਿਰ ਉਹ ਜਦੋਂ ਮੇਰੀ ਮਾਤਾ ਕੋਲ ਗੱਲਾਂ ਪਹੁੰਚੀਆਂ ਵੀ ਆਹ ਤੁਹਾਡੇ ਪੋਤਰੀ ਘਰ ਹੱਸਣ ਲੱਗ ਗਏ ਫਿਰ ਨਾ ਮੈਂ ਜਿਵੇਂ ਉਹਨੇ ਫਿਲਮ 'ਚ ਵੀ ਇੱਕ ਅਸੀਂ ਫੋਕ ਗਾਇਆ ਗਾ ਪਾਣੀ ਵਾਰ ਮੁੰਡਿਆਂ ਦੇ ਅੰਕਲ ਟ੍ਰੇਲਰ ਉਹ ਮੈਂ ਗਾਉਂਦਾ ਹੁੰਦਾ ਸੀਗਾ ਲੋਕ ਗੀਤ ਟਾਈਪ ਅਤੇ ਉਹ ਵੀ ਇੱਕ ਰੀਲ ਵਾਇਰਲ ਹੋਈ ਫਿਰ ਮੇਰੀ ਮੰਮੀ ਕਹਿ ਮੈਨੂੰ ਕਹਿਣ ਵੀ ਫਿਰ ਮੈਂ ਉਹਨਾਂ ਤੋਂ ਹੋਰ ਮੈਨੂੰ ਹੋ ਗਿਆ ਵੀ ਚੱਲ ਜਿਹੜੀਆਂ ਚੀਜ਼ਾਂ ਪਸੰਦ ਆਉਂਦੀਆਂ ਇੱਕ ਦੋ ਮੈਂ ਹੋਰ ਵੀ ਸਿੱਖੇ ਸੀਗੇ ਫਿਰ
ਤੇ ਐਂ ਚੱਲ ਸੋ ਚੱਲ ਖੁਸ਼ੀ ਤਾਂ ਹੁੰਦੀ ਆ ਮਾਪਿਆਂ ਨੂੰ ਤਾਂ ਫਿਰ ਹੋਣੀ ਆ ਬਈ ਉਹਨਾਂ ਨੂੰ ਤਾਂ ਆ ਉਂ ਵੀ ਖੁਸ਼ੀ ਹੁੰਦੀ ਆ ਜੇ ਆਪਾਂ ਆਮ ਵੀ ਕੁਝ ਮਾੜਾ ਮੋਟਾ ਕਰ ਰਹੇ ਹਾਂ ਜੇ ਤੁਹਾਡਾ ਬੱਚਾ ਕਿਸੇ ਗਲਤ ਸੰਗਤ ਵਿੱਚ ਨਹੀਂ ਆ ਨਾ ਬਸ ਮਾਪਿਓ ਨੂੰ ਉਹ ਖੁਸ਼ੀ ਉਧਰੋਂ ਦੀ ਉੱਥੋਂ ਦੀ ਸਭ ਤੋਂ ਜ਼ਿਆਦਾ ਹੁੰਦੀ ਹੁਣ ਮੇਰੇ ਮਾਤਾ ਕਹਿ ਦਿੰਦੇ ਹੁੰਦੇ ਸੀ ਕਿ ਤੂੰ ਸਟੋਰੀਆਂ ਕੋ ਘੱਟ ਪਾਉਣ ਲੱਗ ਗਿਆ ਉਹਨਾਂ ਨੂੰ ਦੇਖ ਅਨਪੜ੍ਹ ਬੰਦੇ ਨੇ ਉਹ ਸਟੋਰੀਆਂ ਪਤਾ ਨਹੀਂ ਕਿਧਰ ਨੂੰ ਸਿੱਖ ਗਏ ਹਨਾ ਸਿਸਟਮ ਐ ਹੋ ਜਾਂਦਾ ਯਾਰ ਕਿੰਨੀ ਸੋਹਣੀ ਗੱਲ ਲੱਗਦੀ ਹੈ ਨਾ ਕਿ ਮੰਮੀ ਨੇ ਪੁੱਛਣ ਉਹ ਤਾਂ ਸਟੋਰੀ ਨਹੀਂ ਪਾਉਂਦਾ ਹੈ ਨਾ ਉਹ ਨਾਲੇ ਉਹਨਾਂ ਕੋਲੇ ਕੋਈ ਫੋਨ ਨਹੀਂ ਹੈਗਾ ਸੋ ਤਾਂ ਕਰਕੇ ਉਹ ਨਾਲ ਦੀਆਂ ਗੁਆਂਢ ਚੋਂ ਦੱਸ ਦਿੰਦੀਆਂ ਚਾਚੀਆਂ ਤਾਈਆਂ ਵੀ ਘੱਟ ਪਾਉਂਦਾ ਹੁਣ ਬਈ ਮੈਨੂੰ ਇੱਕ ਗੱਲ ਇਹ ਦੱਸੋ ਕਿ ਜ਼ਿੰਦਗੀ 'ਚ ਇਨਸਾਨ 'ਤੇ ਤਵਾ ਲਾਉਣਾ ਕਿੰਨਾ ਔਖਾ ਹੈ ਮੈਂ ਵੈਸੇ ਬਹੁਤ ਜ਼ਿਆਦਾ ਕੰਟੈਂਟ ਬਈ ਬਣਾਉਂਦੇ ਹੋ ਚਲੋ ਬਾਕੀ ਗੱਲਾਂ ਤਾਂ ਕਰਦੇ ਹੀ ਕਰਦੇ ਹੋ ਪਰ ਜਦੋਂ ਤਵਾ ਲੱਗਦਾ ਤੇ ਤਵੇ ਲੱਗਦੇ ਦੇ ਵਿੱਚ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨਾ ਬਈ ਉਹ ਸੱਚੀ ਸੁਣਨ ਵਾਲੀਆਂ ਹੁੰਦੀਆਂ ਬਸ ਉਹਦਾ ਬਈ ਅੱਡੋ ਅੱਡ ਪਤਾ ਲੱਗਣ ਲੱਗ ਜਾਂਦਾ ਨਾ ਸਿਸਟਮ ਦਾ ਵੀ ਉਹਨੂੰ ਕਿਵੇਂ ਆਪਾਂ ਦੂਜਾ ਰੂਪ ਦੇਣਾ ਗਾ ਦੇਖ ਲਓ ਮੜਜੇ ਤਾਰੇ ਬਾਈ ਦੀ ਨਾ ਮੜਜੇ ਇੱਕ ਵਾਰ ਤਰੀਕੇ ਦੇਖੋ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਨੂੰ ਕਿਵੇਂ ਲਾਈਟ ਮੂਡ 'ਚ ਗੱਲਾਂ ਕਰੀ ਜਾਂਦਾ ਤਾਰਾ ਬਸ ਉਹਦਾ ਹਿਸਾਬ ਜਿਹਾ ਹੀ ਆ ਜਾਂਦਾ ਹੈਗਾ ਵੀਰੇ ਕੋਈ ਵੱਡੀ ਲੰਬੀ ਚੌੜੀ ਗੱਲ ਨਹੀਂ ਹੈਗੀ ਕਿ ਨਹੀਂ ਮਤਲਬ ਮੈਂ ਦੇਖਿਆ ਯਾਰ ਸਭ ਤੋਂ ਜ਼ਿਆਦਾ ਸਵਾਦ ਕਿਹੜੀ ਵੀਡੀਓ ਤੇ ਆਇਆ ਤਾਰੇ ਨੂੰ ਜਿੱਤੇ ਨੇ ਕਿਹੜੀ ਕਿਹੜੀ ਵੀਡੀਓ ਵਾਇਰਲ ਹੋਈ ਸਭ ਉਹ ਤਾਂ ਇਹ ਤਾਂ ਬਾਈ ਹੁਣ ਜੇ ਆਪਾਂ ਇੰਸਟਾ ਦੀ ਜਾਂ ਸੋਸ਼ਲ ਸਾਈਟਾਂ ਦੀ ਗੱਲ ਕਰੀਏ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਚੀਜ਼ ਵਾਇਰਲ ਹੋ ਜਾਣੀ ਹੈਗੀ ਜੇ ਤੁਸੀਂ ਜੇ ਕ੍ਰੇਟ ਮੈਂ ਸੈਮ ਨੂੰ ਦੱਸੀ ਜਾਂਦਾ ਸੀ ਨਾ ਅਸੀਂ ਕਣਕਾਂ ਵੱਢਣ ਦਾ ਟਾਈਮ ਸੀ ਮੈਂ ਪਿੰਡ ਹੁੰਦਾ ਹੁਣ ਵੀ ਮੈਂ ਪਿੰਡ ਹੀ ਹੁੰਦਾ ਗਾ ਤਕਰੀਬਨ ਕੁੱਤੇ ਸੁੱਤੇ ਪਏ ਘੱਟੋ ਘੱਟ ਚਾਰ ਅਸੀਂ ਬੈਠੇ ਖੁੰਡ ਸੀਗਾ ਅਸੀਂ ਬੈਠੇ ਤਿੰਨ ਚਾਰ ਜਾਣੇ ਮੈਂ ਕਿਹਾ ਚੱਲ ਮੈਂ ਚਾਹ ਚੂਹ ਪੀ ਕੇ ਆਉਣਾ ਯਾਰ ਘਰੇ ਜਾਣਾ ਉੱਠਿਆ ਜਦੋਂ ਮੈਂ ਉਹ ਸਨੈਪਚੈਟ ਹੁੰਦੀ ਸੀ ਪਤਾ ਨਹੀਂ ਵੀਡੀਓ ਬਣਾ ਲਈ ਕੁੱਲ ਮਿਲਾ ਕੇ ਮੈਂ ਕਿਹਾ ਯਾਰ ਇੰਨੀ ਬੇਫਿਕਰੀ ਹੋਣੀ ਚਾਹੀਦੀ ਹੈ ਜ਼ਿੰਦਗੀ 'ਚ ਉਹ ਸਾਡੇ ਕੋਲ ਆ ਚਾਰ ਪੰਜ ਪਏ ਉਹ ਬਸ ਝੋਨਾ ਲਾਉਂਦੇ ਸੀਗੇ ਉੱਥੇ ਸਟਾਰਟ ਹੋਇਆ ਕਹਿੰਦੇ ਕਿੱਥੇ ਆ ਗਏ ਜਦੋਂ ਮੈਂ ਆ ਕੇ ਪਾਈ ਝੋਨਾ ਲਾ ਰਹੇ ਹਾਂ ਉਹ ਤਾਂ ਫਿਰ ਬਾਈ ਬਸ ਉਹ ਤਾਂ ਇੱਕ ਮੈਨੂੰ ਆਪ ਨੂੰ ਨੀ ਪਤਾ ਲੱਗਿਆ ਵੀ ਆਹ ਯਾਰ ਕੀ ਹੋਣ ਲੱਗ ਗਿਆ ਹਨਾ ਇੱਕ ਜਦੋਂ ਉਹ ਵਾਈਵ ਕ੍ਰੀਏਟ ਹੋ ਗਈ ਬਸ ਫਿਰ ਉਹ ਚੱਲ ਸੋ ਚੱਲ ਉਹ ਇੱਕ ਮਤਲਬ ਟੈਗ ਲਾਈਨ ਹੀ ਮੇਰੇ ਵਾਸਤੇ ਬਣ ਗਈ ਕਹਿੰਦੇ ਕਿੱਥੇ ਆ ਗਏ ਹਨਾ ਉਹ ਸੋਹਣਾ ਬਣ ਗਿਆ ਮਾਹੌਲ ਬਸ ਤਾਰੇ ਦੀ ਜ਼ਿੰਦਗੀ 'ਚ ਉਹਨੂੰ ਕਦੋਂ ਇੱਦਾਂ ਦਾ ਫੀਲ ਹੋਣਾ ਸ਼ੁਰੂ ਹੋਇਆ ਕਿ ਬਈ ਇਹ ਹੁਣ ਮੇਰੀ ਜ਼ਿੰਦਗੀ ਆ ਇਹੀ ਮੇਰਾ ਕੰਮ ਹੈ ਇਹੀ ਮੇਰਾ ਧਰਮ ਆ ਇੱਥੋਂ ਹੀ ਮੈਂ ਅੱਗੇ ਜਾਣਾ ਇਹ ਤਾਂ ਹਜੇ ਵੀ ਮਤਲਬ ਘੱਟ ਹੀ ਫੀਲ ਹੁੰਦਾ ਗਾ ਵੀ ਹੋਣ ਲੱਗ ਜੂ ਮੈਨੂੰ ਲੱਗਦਾ ਉਲਝ ਜਾਂਦੇ ਆ ਹਜੇ ਵੀ ਯਾਰ ਵੀ ਕਿਵੇਂ ਕਰੀਏ ਇੱਧਰ ਹੀ ਚੱਲੀਏ ਕਿ ਹੋਰ ਕੁਛ ਕਰ ਲਈਏ ਹਾਲੇ ਜ਼ਿੰਦਗੀ 'ਚ ਨਹੀਂ ਨਹੀਂ ਬਸ ਠੀਕ ਆ ਬਈ ਚੱਲਦਾ ਹੁੰਦਾ ਬਈ ਹਾਂ ਬਈ ਸਟਰਗਲ ਤਾਂ ਮੈਨੂੰ ਲੱਗਦਾ ਹਾਂ ਹਜੇ ਤਾਂ ਸ਼ੁਰੂਆਤ ਹੀ ਆ ਸਾਡੀ ਤਾਂ ਦੇਖੋ ਹਨਾ ਕੀ ਕਹਿੰਦੇ ਹੁੰਦੇ ਮੈਂ ਜਿਵੇਂ ਆਪਾਂ ਪਹਿਲੀ ਗੱਲ ਕਰੀ ਜਾਂਦੇ ਸੀਗੇ ਵੀ ਗਾ ਲੈਂਦੇ ਹਾਂ ਹਨਾ ਗਾਣਾ ਕਲਿੱਕ ਹੋ ਗਿਆ ਉਹਦੇ ਪਿੱਛੇ ਸਟਰਗਲ ਹੋਰ ਹੈ ਐਕਟਿੰਗ 'ਚ ਹੋਰ ਆ ਜੀ ਹਨਾ ਜਿਵੇਂ ਹੁਣ ਮੈਂ ਐਕਟ ਕਰ ਰਿਹਾ ਗਾ ਅੱਗੇ ਚੀਜ਼ਾਂ ਨੂੰ ਸੁਣਨਾ ਜੇ ਮੇਰੇ ਮੇਰੇ 'ਤੇ ਮੇਰੇ ਪਿੱਛੇ ਔਡੀਅੰਸ ਹੀ ਇੰਨੀ ਹੋਊਗੀ ਵੀ ਜਾਂ ਤਾਂ ਪ੍ਰੋਡਿਊਸਰ ਹੀ ਮਜਬੂਰ ਹੋ ਜੇ ਉਹ ਵੀ ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਆਪਦੇ ਆਪ ਨੂੰ ਵੱਡਾ ਤੁਸੀਂ ਇੰਨਾ ਕਰ ਲਓ ਪਰ ਸਟਰਗਲ ਚੱਲ ਰਹੀ ਹੈਗੀ ਕੰਮ ਦੀ ਭੁੱਖ ਲੱਗਦੀ ਹੈਗੀ ਯਾਰ ਹਾਂ ਕੰਮ ਦਾ ਮੈਨੂੰ ਬਹੁਤ ਸ਼ੌਂਕ ਹੈਗਾ ਜਦੋਂ ਅਸੀਂ ਇੰਗਲੈਂਡ ਸ਼ੂਟ ਕੀਤਾ ਗਾ ਮੈਨੂੰ ਬਹੁਤ ਚਾਅ ਹੁੰਦਾ ਸੀ ਬਿਜ਼ੀ ਰਹਿਣ ਦਾ ਸਵਾਦ ਆਉਂਦਾ ਗਾ ਸਵੇਰੇ ਪਹਿਲਾਂ ਤਾਂ ਸਕੂਲਿੰਗ ਵਾਲਾ ਕੰਮ ਹੋ ਗਿਆ ਸੀਗਾ ਉੱਠਣਾ ਸਵੇਰੇ ਨਹਾਉਣਾ ਬੈਨ ਖੜੀ ਆ ਬਾਹਰ ਗਏ ਜਾਣਾ ਰਾਤ ਨੂੰ ਆਉਣਾ ਰੋਟੀ ਖਾਣੀ ਪੈਣਾ ਫੋਨ ਤੋਂ ਦੂਰ ਹੋ ਗਏ ਸੀਗੇ ਸਿੱਧਾ ਕੰਮ 'ਤੇ ਧਿਆਨ ਸਵਾਦ ਕਿੰਨਾ ਸਵਾਦ ਆਉਂਦਾ ਹੈ ਨਾ ਜਦੋਂ ਸਵਾਦ ਆਉਂਦਾ ਜਦੋਂ ਤੁਸੀਂ ਪਹਿਲੀ ਵਾਰ ਜਹਾਜ਼ 'ਚ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਬਈ ਇਹ ਕੀ ਹੋਣ ਜਾ ਰਿਹਾ ਤਾਂ ਜਹਾਜ਼ ਵਿੱਚ ਸਫ਼ਰ ਕਰਕੇ ਬਾਹਰ ਜਾਣ ਦਾ ਸ਼ੌਂਕ ਅੱਡ ਅਤੇ ਉੱਥੇ ਜਾ ਕੇ ਫਿਲਮ ਵਿੱਚ ਕੰਮ ਕਰਨ ਦਾ ਸ਼ੌਂਕ ਅੱਡ ਉਹ ਚਾਹ ਤਾਂ ਚਲੋ ਸੀ ਗਈ ਪਰ ਇਹ ਮੈਨੂੰ ਇਹ ਲੱਗਦਾ ਹੁੰਦਾ ਬਈ ਵੀ ਜਿਵੇਂ ਹੁਣ ਨਾ ਨੈੱਟ ਨੇ ਇਹ ਚੀਜ਼ਾਂ ਦੀ ਕਰਿਓਸਟੀ ਜੀ ਘਟਾਤੀ ਜਿਵੇਂ ਪੜ੍ਹ ਲਿਖ ਗਏ ਹੁਣ ਜਹਾਜ਼ ਦਾ ਪਤਾ ਲੱਗ ਗਿਆ ਫੀਲਿੰਗ ਉਹਦੀ ਹੁਣ ਹੁਣ ਸਮੁੰਦਰੀ ਜਹਾਜ਼ ਤਾਂ ਚੜ੍ਹੇ ਨਹੀਂ ਕਦੇ ਪਰ ਉਹਦੀ ਵੀ ਫੀਲਿੰਗ ਜੀ ਪਤਾ ਲੱਗ ਗਈ ਹਾਲੀਵੁੱਡ ਦੇਖ ਕੇ ਵੀ ਮਾਹੌਲ ਹੋਣਾ ਹਨਾ ਵੀ ਕਮਰੇ ਆ ਵੀ ਮਤਲਬ ਇੱਥੇ ਵੀ ਆਪਾਂ ਫੀਲ ਕਰ ਸਕਦੇ ਹਾਂ ਮੈਂ ਲੱਗਦਾ ਸਮੁੰਦਰੀ ਜਹਾਜ਼ ਨੂੰ ਹਨਾ ਉਹ ਤਾਂ ਕਰਕੇ ਘੱਟ ਗਈ ਅਤੇ ਊਂ ਬਸ ਚਾਹ ਹੈਗਾ ਸੀਗਾ ਵੀ ਹਾਂ ਇੱਕ ਦੋ ਹੋਰ ਇੰਟਰਵਿਊ 'ਚ ਵੀ ਦੱਸਿਆ ਅਸੀਂ ਗੱਲ ਜੀ ਹੋਈ ਸੀਗੀ ਵੀ ਇੰਗਲੈਂਡ ਦਾ ਵੀ ਉਹ ਦੇਖ ਹੀ ਬਾਹਲਾ ਲਿਆ ਸੀ ਫੋਟੋਆਂ 'ਚ ਉਵੇਂ ਨਹੀਂ ਜੇ ਹੁਣ ਬਜ਼ੁਰਗ ਨੇ ਉਹਨਾਂ ਨੂੰ ਲੈ ਕੇ ਜਾਈਏ ਜਿਨ੍ਹਾਂ ਨੇ ਦੇਖਿਆ ਨਹੀਂ ਸ਼ਾਇਦ ਉਹਨਾਂ ਨੂੰ ਲੱਗੂਗਾ ਤਾਂ ਕਰਕੇ ਚਾਹ ਕੰਮ ਦਾ ਜ਼ਰੂਰ ਸੀਗਾ ਵੀ ਹਾਂ ਜਾ ਕੇ ਕੰਮ ਕਰਾਂਗੇ ਡਰ ਵੀ ਸੀਗਾ ਸੁੱਖ ਬਾਈ ਨੂੰ ਮੈਂ ਕਹਿੰਦਾ ਹੁੰਦਾ ਸੀ ਮੈਂ ਕਿਹਾ ਬਾਈ ਯਾਰ ਗਾਣਿਆਂ 'ਚ ਤਾਂ ਇੱਕ ਫਿਲਰ ਜਿਹਾ ਦੇਣਾ ਹੁੰਦਾ ਮੈਂ ਕਿਹਾ ਪ੍ਰੋਪਰ ਡਾਇਲੋਗ ਮੈਂ ਕਿਹਾ ਮੈਂ ਬੋਲਿਆ ਨਹੀਂ ਕਦੇ ਥੀਏਟਰ ਮੈਂ ਕੀਤਾ ਗਾ ਮਾੜਾ ਮੋਟਾ
ਪਰ ਵੀ ਇਹ ਮੈਂ ਕਿਹਾ ਤੁਸੀਂ ਕਈ ਵਾਰੀ ਦਿਮਾਗ 'ਚ ਐਂ ਹੁੰਦਾ ਗਾ ਵੀ ਬੰਦਾ ਐਕਟਰ ਆ ਗਿਆ, ਮੈਂ ਕਿਹਾ ਕਰਵਾ ਲਿਓ, ਪਰ ਵਧੀਆ ਠੀਕ ਰਿਹਾ ਮਾਹੌਲ। ਇਸ ਚੀਜ਼ ਦੀ ਫਿਕਰ ਹੁੰਦੀ ਆ ਬਾਈ ਜਿਵੇਂ ਤੁਸੀਂ ਕੰਮ ਕਰਨ ਲੱਗਦੇ ਹੋ ਕਿ ਅਸਲ 'ਚ ਨਾ ਹਰ ਇੱਕ ਮੁੰਡਾ, ਸਪੈਸ਼ਲੀ ਮੁੰਡਾ ਮੈਂ ਤਾਂ ਜ਼ਿਕਰ ਕਰ ਰਿਹਾ ਕਿਉਂਕਿ ਉਹੀ ਘਰ ਦਾ ਮੇਨ, ਉਹਦੇ ਸਿਰ 'ਤੇ ਪ੍ਰੈਸ਼ਰ ਹੁੰਦਾ ਕਿ ਮੈਂ ਆਪਣੇ ਮਾਂ ਪਿਓ ਨੂੰ, ਮੈਂ ਆਪਣੇ ਘਰਦਿਆਂ ਨੂੰ ਇਹੋ ਜਿਹਾ ਮਾਣ ਮਹਿਸੂਸ ਕਰਾਉਣਾ, ਇਹੋ ਜਿਹੀ ਜ਼ਿੰਦਗੀ ਦੇਣੀ ਹੈ ਕਿ ਜਿੱਥੇ ਮੇਰੇ ਘਰ ਦੇ ਇਹ ਸੋਚ ਸਕਣ ਕਿ ਸਾਡੇ ਪੁੱਤ ਨੇ ਵਾਕਈ ਸਾਨੂੰ ਕੁਛ ਨਾ ਕੁਛ ਉਹ ਦਿਖਾਤਾ ਜਿਹੜਾ ਕਿ ਸੋਚਿਆ ਨਹੀਂ ਸੀਗਾ। ਤਾਂ ਇਸ ਚੀਜ਼ ਦਾ ਤਾਰੇਪਾਲ ਦੇ ਦਿਮਾਗ 'ਚ ਹੁੰਦਾ, ਦਿਲ 'ਚ ਹੁੰਦਾ ਕਿ ਮੈਂ ਬੇਬੇ ਬਾਪੂ ਨੂੰ ਇਹੋ ਜਿਹੀ ਜ਼ਿੰਦਗੀ ਦੇਣੀ ਹੈ। ਬਿਲਕੁਲ ਬਾਈ ਬਿਲਕੁਲ, ਇਹ ਤਾਂ ਧਿਆਨ 'ਚ ਹੀ ਰਹਿੰਦਾ ਹੈਗਾ, ਇਹਨੂੰ 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 ਮੱਦੇ ਨਜ਼ਰ ਰੱਖ ਕੇ ਤੁਰਦੇ ਹਾਂਗੇ, ਇਹ ਧਿਆਨ 'ਚ ਰਹਿਣਾ। ਪਹਿਲੀ ਵਾਰੀ ਬੇਬੇ ਨੂੰ ਕੰਮ ਦੇ ਨਾਲ ਕਦੋਂ, ਬੇਬੇ ਦੀ ਅੱਖਾਂ 'ਚ ਜਦੋਂ ਦੇਖਿਆ ਤਾਂ ਕਿਹੜੀ ਚੀਜ਼ ਦਾ ਉਹ ਤਾਰੇ ਨੂੰ ਕਦੋਂ ਫੀਲ ਹੋਇਆ ਕਿ ਯਾਰ ਇਹ ਸੱਚੀ 'ਚ ਬੇਬੇ ਵਾਸਤੇ ਬਹੁਤ ਵੱਡੀ ਗੱਲ ਆ? ਹੁੰਦਾ ਹੀ ਰਹਿੰਦਾ ਗਾ ਉਹਨਾਂ ਨੂੰ, ਉਹ ਤਾਂ ਹਮੇਸ਼ਾ ਹੀ ਕਰਦੇ ਰਹਿੰਦੇ ਨੇ ਬਾਈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈਗੀ, ਉਹਨਾਂ ਦਾ ਤਾਂ ਚੱਲਦਾ ਹੀ ਰਹਿੰਦਾ ਗਾ। ਫਿਲਮ ਵਾਲਾ ਦੱਸਿਆ ਸੀਗਾ? ਮੇਰੀ ਹਜੇ ਗੱਲ ਨਹੀਂ ਹੋਈ ਉਹਨਾਂ ਨਾਲ ਉਵੇਂ, ਕਿਉਂਕਿ ਉਹਨਾਂ ਨੂੰ ਮੈਂ ਜਾ ਕੇ ਆਪ ਸਮਝਾਊਂਗਾ ਵੀ ਆਹ ਐਂ ਮੈਂ ਆਗਾ, ਇਹ ਫਿਲਮ ਆ ਗਈ। ਉਹਨਾਂ ਨੂੰ ਫਿਲਮਾਂ ਦਾ ਪਤਾ ਵੀ ਫਿਲਮਾਂ ਲੱਗਦੀਆਂ ਥੀਏਟਰਾਂ 'ਚ ਵੱਡੀਆਂ? ਪਤਾ ਵੀ ਫਿਲਮ 'ਚ ਆ ਰਿਹਾ ਹੈਗਾ, ਪਰ ਉਹਨਾਂ ਨੂੰ ਇਵੇਂ ਨਹੀਂ ਪਤਾ ਹੈਗਾ ਵੀ ਆਹ ਸਿਸਟਮ ਹੁੰਦਾ ਗਾ। ਉਹਨੂੰ ਮੈਂ ਦੱਸੂਗਾ ਵੀ ਮਾਂ ਆ ਮੈਂ ਆਗਾ, ਇਹ ਪਰਦੇ 'ਤੇ ਆ ਰਿਹਾ ਹੈਗਾ, ਅਤੇ ਐਂ ਇਹਦੇ ਪੈਸੇ ਮਿਲਦੇ ਨੇ ਫਿਰ ਆਪਾਂ ਨੂੰ, ਅਤੇ ਲੋਕ ਆਪਾਂ ਨੂੰ ਚਾਹੁੰਦੇ ਨੇ ਫਿਰ। ਕਿਵੇਂ ਜਾਣਾ ਮਾਵਾਂ, ਕਿਵੇਂ ਭੋਲੀਆਂ ਹੁੰਦੀਆਂ ਹੈ ਨਾ ਯਾਰ, ਕਿਆ ਹੈ ਬਾਈ ਯਾਰ, ਮਤਲਬ ਸਵਾਦ ਆ ਯਾਰ ਇਹ, ਥੈਂਕ ਯੂ, ਨੈਕਸਟ ਲੈਵਲ ਸਵਾਦ ਆਇਆ। ਬਸ ਸਹੀ ਆ ਵੀਰੇ। ਸੁਪਨੇ ਹੁਣ ਤਾਰੇ ਦੇ ਕੀ ਆ? ਬਸ ਕੁਛ ਨਹੀਂ, ਉਹੀ ਜਿਹੜਾ ਪਿਛਲਾ ਤੁਸੀਂ ਦੱਸਿਆ ਫਿਕਰ ਵੀ ਬਸ ਚੜ੍ਹਦੀ ਗਲਾ 'ਚ ਹੋਵੇ ਸਾਰਾ ਕੁਛ, ਤੰਦਰੁਸਤ ਰਹੀਏ, ਅਤੇ ਮਾਪਿਆਂ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਨਿਭਾਈਏ, ਬਸ ਵਿਆਹ ਕਰਾਈਏ, ਸਾਰਾ ਕੁਛ ਸੋਹਣੇ ਤਰੀਕੇ ਨਾਲ ਕਰੀਏ, ਸਭ ਕੁਛ ਗੁੱਡ ਰੱਖੀਏ। ਕਿਆ ਬਾਤ ਹੈ ਬਾਈ, ਨਹੀਂ ਬਾਈ ਮਾਲਕ ਮਿਹਰ ਕਰੇ। ਹਾਂ ਹੋਰ ਸੁਪਨੇ ਕੋਈ ਅਲਾਇਦੇ ਮੈਂ ਹਜੇ ਤੱਕ ਸੋਚੇ ਨਹੀਂ ਬਾਈ, ਵੀ ਮੈਂ ਕੋਠੀ ਕਾਰ ਗੱਡੀ ਜੇ ਬੋ, ਹਜੇ ਇਹੀ ਸੋਚਿਆ ਗਾ ਵੀ ਬਸ ਜਿਹੜੇ ਜਿਹੜੇ ਜਿਨ੍ਹਾਂ ਨੇ ਪਾਲਿਆ ਗਾ ਹੈ ਨਾ, ਜਿੰਨਾ ਉਹਨਾਂ ਨੂੰ ਬਸ ਬਣ ਕੇ ਦਿਖਾ ਦਈਏ ਕੁਛ ਵੀ ਅਸੀਂ ਹੈਗੇ ਹਾਂਗੇ। ਪਿੰਡ ਸਾਰਾ ਅੱਜ ਦੇ ਟਾਈਮ 'ਚ ਬਹੁਤ ਮਾਂ ਪਿਓ ਦੀ ਇੱਜ਼ਤ ਹੁੰਦੀ ਹੈ ਨਾ ਪੂਰੀ, ਵੀ ਜਦੋਂ ਤੁਸੀਂ ਸਕਰੀਨ 'ਤੇ ਆਉਣਾ। ਮੇਰਾ ਆਪਦਾ ਬਹੁਤ ਮੋਹ ਆ ਪਿੰਡ 'ਚ, ਮਤਲਬ ਮੈਂ ਬਹੁਤ ਮਤਲਬ ਆਮ ਹੀ ਬੰਦਾ ਹੈਗਾ, ਚੱਲ ਅੱਜ ਪੱਗ ਬੰਨ ਕੇ ਇੱਥੇ ਬੈਠ ਗਏ ਹੈ ਨਾ, ਅਤੇ ਬਹੁਤ ਸੁਨੇਹ ਆ ਪਿੰਡ 'ਚ। ਮੈਨੂੰ ਐਂ ਲੱਗਦਾ ਕਿ ਘਰਦਿਆਂ ਦਾ ਨਾਮ ਰੋਸ਼ਨ ਹੁੰਦਾ ਹੁੰਦਾ, ਅਤੇ ਜਦੋਂ ਤੁਹਾਡਾ ਪਿੰਡ ਤੁਹਾਡੇ ਨਾਮ ਨਾਲ ਜਾਣਨਾ ਸ਼ੁਰੂ ਹੋ ਜਾਵੇ ਨਾ ਬਾਈ, ਉਹ ਸੱਚੀ 'ਚ ਇੱਕ ਵੱਖਰਾ ਸਵਾਲ। ਬਿਲਕੁਲ ਬਿਲਕੁਲ ਬਿਲਕੁਲ, ਪਿੰਡ ਨਾਲ ਤਾਂ ਮੇਰਾ ਆਪਦਾ ਵੀ ਬਹੁਤ ਆ, ਅਤੇ ਪਿੰਡ ਵੀ ਮੇਰਾ ਬਹੁਤ ਕਰਦਾ ਗਾ, ਇਹ 'ਚ ਆਪਾਂ ਭੱਜ ਨਹੀਂ ਸਕਦੇ ਕਿਸੇ ਗੱਲ ਤੋਂ। ਪਿੰਡ ਬਹੁਤ ਮੋਹ ਕਰਦਾ ਗਾ, ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਗਾ, ਜਿੰਨੇ ਕੁ ਮੈਂ ਗਾਣੇ ਕੀਤੇ ਆ, ਜਿੰਨਾ ਕੁ ਮੈਂ ਕੰਮ ਕਰਿਆ ਗਾ, ਉਹਨਾਂ ਨੂੰ ਜਦੋਂ ਕਹਿਣ ਦਾ ਮਤਲਬ, ਚਲੋ ਜੇ ਕੋਈ ਪੰਜਾਬ 'ਚੋਂ ਕੋਈ ਬੰਦਾ ਇਹ ਕਹਿੰਦਾ ਗਾ ਵੀ ਯਾਰ ਆਹ ਅੱਛਾ ਤਾਰੇ ਵਾਲਾ ਪਿੰਡ, ਕਿਆ ਹੁੰਦਾ, ਗੁੱਡ ਹੋ ਜਾਂਦੀ ਆ। ਨਹੀਂ ਬਾਈ ਮੈਨੂੰ ਐਂ ਲੱਗਦਾ ਕਿ ਮਾਲਕ ਮਿਹਰ ਕਰੇ ਤੁਹਾਡੇ ਕੰਮ 'ਤੇ, ਐਂਡ ਤੁਸੀਂ ਐਵੇਂ ਮਿਹਨਤ ਕਰੋ, ਐਵੇਂ ਛਾਉਂਦੇ ਰਹੋ, ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਰਹੋ, ਸੋਹਣਾ ਸੋਹਣਾ ਕੰਟੈਂਟ ਬਣਾਓ, ਰੀਲਾਂ 'ਤੇ ਛਾਓ, ਫਿਲਮਾਂ 'ਚ ਛਾਓ, ਗਾਣਿਆਂ 'ਚ ਛਾਓ, ਬਸ ਸਾਡੇ ਨਾਲ ਕੈਮਰੇ 'ਚ ਆਓ। ਉਹ ਤਾਂ ਆਈ ਜਾਂਦੇ ਆ ਬਾਈ, ਉਹ ਤਾਂ ਤੁਸੀਂ ਲਈ ਜਾਂਦਾ ਘੇਰ ਕੇ। ਨਹੀਂ ਬਾਈ ਮੈਨੂੰ ਐਂ ਲੱਗਦਾ ਕਿ ਬਾਈ ਜਿਹੜੀ ਮੁਲਾਕਾਤ ਹੋਵੇ ਨਾ, ਭਾਵੇਂ ਗੱਲਬਾਤ ਹੋਵੇ, ਉਹ ਤੁਹਾਡੀ ਸੋਹਣੀ ਹੋਵੇ, ਚੰਗੀ ਹੋਵੇ, ਐਂਡ ਤੁਹਾਨੂੰ ਇੱਕ ਪਿਆਰ ਫੀਲ ਹੋਵੇ ਕਿ ਯਾਰ ਤੁਸੀਂ ਪਿਆਰ ਹੀ ਵੰਡਣਾ ਅਤੇ ਤੁਹਾਨੂੰ ਪਿਆਰ ਹੀ ਚਾਹੀਦਾ। ਤਾਂ ਇਹ ਤਾਰੇਪਾਲ ਨਾਲ ਜਿਹੜੀ ਸਾਡੀ ਮੁਲਾਕਾਤ ਸੀਗੀ, ਜਿਹੜੀ ਕਨਵਰਸੇਸ਼ਨ ਸੀਗੀ, ਅਸੀਂ ਚਾਹੁੰਦੇ ਸੀਗੇ ਕਿ ਕੁਛ ਹਾਰਟ ਟੂ ਹਾਰਟ ਕਨਵਰਸੇਸ਼ਨ ਹੋਵੇ। ਨਹੀਂ ਨਹੀਂ ਸੋਹਣਾ ਰਿਹਾ ਬਾਈ, ਜ਼ਿੰਦਗੀ ਨੂੰ ਸੁਣੀਏ, ਅਤੇ ਤੁਸੀਂ ਹੋਰ ਕੰਮ ਕਰੋ, ਮਿਹਨਤ ਕਰੋ, ਤਾਂ ਅਸੀਂ ਹੋਰ ਮੁਲਾਕਾਤਾਂ ਕਰੀਏ। ਬਿਲਕੁਲ ਬਿਲਕੁਲ, ਇਸ ਮੁਲਾਕਾਤ ਲਈ ਤੁਹਾਡਾ ਬੜਾ ਬੜਾ ਧੰਨਵਾਦ ਤਾਰਾਪਾਲ ਜੀ, ਥੈਂਕ ਯੂ ਵੀਰੇ, ਸਤਿ ਸ਼੍ਰੀ ਅਕਾਲ। ਸ਼ੁਕਰੀਆ।